ਤੁਹਾਡੇ ਪਿੰਡ ਵਿੱਚ ਕਾਫੀ ਕਣਕ ਮੰਡਣ ਵਾਲੇ ਰਸ ਹੈਗਾ, ਕੀ ਕਹੋਗੇ? ਰਸ਼ ਅਸਲ 'ਚ ਇੱਦਾਂ ਆ, ਪਹਿਲਾਂ ਤਾਂ ਦੇਖ ਲਓ 45 ਦਿਨ ਤੋਂ ਉੱਪਰ ਹੋ ਗਿਆ ਲੋਕਡਾਊਨ ਨੂੰ, ਔਰ ਕਣਕ ਜਿਹੜੀ ਆ ਸਾਡੇ ਪਿੰਡ ਦੇ ਵਿੱਚ ਜਾਂ ਲੋੜੀਂਦਾ ਰਾਸ਼ਨ ਆ ਉਹ ਪਹੁੰਚਿਆ ਨਹੀਂ। ਅਸੀਂ ਮਾਣਯੋਗ ਫੂਡ ਸਪਲਾਈ ਇੰਸਪੈਕਟਰ ਸਾਹਿਬ ਨੂੰ ਫੋਨ ਕੀਤਾ ਵਾਰ ਵਾਰ, ਔਰ ਉਹਨਾਂ ਨੇ ਫਿਰ ਜਾ ਕੇ ਕੱਲ੍ਹ ਜਿਹੜੀ ਇਹ ਕਣਕ ਇੱਥੇ ਭੇਜੀ ਆ। ਅਸੀਂ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਕੱਲ੍ਹ ਹੌਲੀ ਹੌਲੀ ਸ਼ੁਰੂ ਕਰ ਦਿਓ, ਥੋੜ੍ਹੇ ਥੋੜ੍ਹੇ ਬੰਦਿਆਂ ਨੂੰ ਦੇਣਾ ਰਾਸ਼ਨ ਤਾਂ ਕਿ ਰਾਸ਼ਨ ਆ ਪਵੇ। ਪਰ ਉਹ ਕਹਿੰਦੇ ਸਾਨੂੰ ਪਿੱਛੋਂ ਲੈਸਟ ਨਹੀਂ ਆਈ, ਸਵੇਰੇ ਕਹਿੰਦੇ ਲੈਸਟ 10 ਵਜੇ ਉਹਨਾਂ ਨੂੰ ਫੋਨ ਕੀਤਾ, ਕਹਿੰਦੇ ਲੈਸਟ ਅਸੀਂ ਭੇਜ ਰਹੇ ਹਾਂ। ਬਾਅਦ ਵਿੱਚ ਲੈਸਟ ਨੂੰ ਅਸੀਂ ਉਡੀਕਦੇ ਰਹੇ, ਤਾਂ ਬਾਅਦ 'ਚ ਜਦੋਂ ਪਤਾ ਲੱਗਾ ਸਾਨੂੰ ਇੱਥੇ ਡੀਪੂ ਇੰਚਾਰਜ ਵੱਲੋਂ, ਤਾਂ ਉਹ ਕਹਿੰਦੇ ਆ ਕੇ ਇੱਧਰ ਦੇਖੋ ਵੀ ਇੱਧਰ ਰਸ਼ ਕਿੰਨਾ ਪਿਆ ਹੋਇਆ। ਜਦ ਦੇਖਿਆ ਤਾਂ ਇੰਸਪੈਕਟਰ ਸਾਹਿਬ ਆਪ ਇੱਥੇ ਆ ਕੇ ਦੇਖ ਕੇ ਗਏ ਆ, ਔਰ ਮਤਲਬ ਇੱਥੇ ਕੋਈ ਪ੍ਰਸ਼ਾਸਨ ਦਾ ਪ੍ਰਬੰਧ ਨਹੀਂ ਸੀਗਾ, ਔਰ ਕੋਵਿਡ-19 ਦਾ ਇੰਨਾ ਮਤਲਬ ਪ੍ਰਭਾਵ ਹੋਣ ਦੇ ਬਾਵਜੂਦ ਵੀ ਕੋਈ ਸੋਸ਼ਲ ਡਿਸਟੈਂਸ ਫਿਜ਼ੀਕਲ ਡਿਸਟੈਂਸ ਇੱਥੇ ਕੋਈ ਰੱਖਿਆ ਨਹੀਂ ਗਿਆ। ਜਿੱਥੇ ਪੰਜਾਬ ਵਿੱਚ ਕੋਰੋਨਾ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ, ਉੱਥੇ ਹੀ ਗਰੀਬ ਲੋਕਾਂ ਨੂੰ ਪੇਟ ਦੀ ਭੁੱਖ ਦਿਨ ਰਾਤ ਸਤਾ ਰਹੀ ਹੈ। ਗਰੀਬਾਂ ਨੂੰ ਪੇਟ ਦੀ ਭੁੱਖ ਸਤਾਉਣ ਕਰਕੇ ਉਹਨਾਂ ਦੇ ਅੱਗੇ ਮੌਤ ਦਾ ਡਰ ਵੀ ਛੋਟਾ ਹੋ ਗਿਆ ਹੈ। ਇਸੇ ਕਾਰਨ ਫਿਲੌਰ ਦੇ ਨਜ਼ਦੀਕੀ ਪਿੰਡ ਅਟੀ ਵਿਖੇ ਸਰਕਾਰੀ ਡਿਪੋ ਵਿੱਚ ਜਦੋਂ ਲੋਕਾਂ ਨੂੰ ਕਣਕ ਵੰਡਣੀ ਸ਼ੁਰੂ ਕੀਤੀ ਤਾਂ ਸਕਿੰਟਾਂ ਵਿੱਚ ਹੀ ਲੋਕ ਸੈਂਕੜਿਆਂ ਦੀ ਗਿਣਤੀ ਵਿੱਚ ਇਕੱਠੇ ਹੋ ਗਏ ਸਨ, ਅਤੇ ਕਈ ਔਰਤਾਂ ਤਾਂ ਜ਼ਮੀਨ 'ਤੇ ਥੱਲੇ ਹੀ ਨਾਲ ਨਾਲ ਜੁੜ ਕੇ ਬੈਠ ਗਈਆਂ। ਇਸ ਤਰ੍ਹਾਂ ਲੋਕਾਂ ਨੇ ਪੰਜਾਬ ਸਰਕਾਰ ਦੇ ਹੁਕਮਾਂ ਦੀ ਸਰੇਆਮ ਧੱਜੀਆਂ ਉਡਾਈਆਂ, ਅਤੇ ਇੰਝ ਲੱਗ ਰਿਹਾ ਸੀ ਕਿ ਲੋਕਾਂ ਵਿੱਚ ਕੋਰੋਨਾ ਦਾ ਕੋਈ ਡਰ ਨਹੀਂ ਹੈ। ਲੋਕ ਕਿਸੇ ਵੀ ਕੀਮਤ 'ਤੇ ਸਰਕਾਰੀ ਕਣਕ 'ਤੇ ਦਾਲ ਲੈਣਾ ਚਾਹੁੰਦੇ ਸੀ। ਜਦੋਂ ਮੌਕੇ 'ਤੇ ਸਿਹਤ ਵਿਭਾਗ ਦੀ ਟੀਮ ਪਹੁੰਚੀ ਤਾਂ ਉਹਨਾਂ ਨੇ ਲੋਕਾਂ ਨੂੰ ਕੋਰੋਨਾ ਬਾਰੇ ਸੁਚੇਤ ਕਰਕੇ ਕਿਹਾ ਕਿ ਇਸ ਤਰ੍ਹਾਂ ਇਕੱਠੇ ਹੋਣ ਨਾਲ ਬਿਮਾਰੀ ਵੱਧ ਸਕਦੀ ਹੈ। ਫਿਰ ਲੋਕਾਂ ਨੇ ਦੂਰ ਦੂਰ ਖੜ੍ਹੇ ਹੋਣਾ ਸ਼ੁਰੂ ਕੀਤਾ। ਭਾਜੀ ਇੱਥੇ ਇੰਨਾ ਜ਼ਿਆਦਾ ਰਸ਼ ਆ, ਕੋਰੋਨਾ ਵਾਇਰਸ ਇੰਨਾ ਪ੍ਰਕੋਪ ਫੈਲਿਆ ਹੋਇਆ ਪੰਜਾਬ ਵਿੱਚ, ਫਿਰ ਵੀ ਇੱਥੇ ਲੋਕ ਜੁੜ ਜੁੜ ਕੇ ਖੜ੍ਹੇ ਆ, ਕੀ ਪ੍ਰਬੰਧ ਕੀਤੇ ਤੁਸੀਂ? ਪ੍ਰਬੰਧ ਅਸੀਂ ਭਾਜੀ ਇਹਨਾਂ ਨੂੰ ਪਹਿਲਾਂ ਕਹੀ ਉੱਥੇ ਖੜ੍ਹੇ ਸੀਗੇ ਸਾਰੇ ਜਾਣੇ ਡਿਸਟੈਂਸ ਕਰਕੇ, ਇਹਨਾਂ ਨੂੰ ਕਹੀ 5-5 ਮੈਂਬਰ ਆਈ ਚੱਲੋ, ਇਹਨਾਂ ਨੇ ਕਿਸੇ ਨੇ ਨਹੀਂ ਸੁਣੀ ਜੀ, ਨਾ ਇਹਨਾਂ ਨੇ ਪੰਚਾਇਤ ਮੈਂਬਰ ਹੀ ਸੁਣੀ, ਨਾ ਸਾਡਾ ਉੱਥੋਂ ਇੰਸਪੈਕਟਰ ਆ ਗਿਆ ਉਹਨਾਂ ਨੇ ਸੁਣੀ, ਨਾ ਇਹਨਾਂ ਨੇ ਸਾਡੀ ਸੁਣੀ। ਕੀ ਨਾਂ ਕੀ ਤੁਹਾਡਾ? ਹਾਂਜੀ ਮੇਰਾ ਨਾਂ ਜਸਕਰਨ ਰਾਏ। ਸਾਡਾ ਡਿਪੂ ਹੈ? ਹਾਂਜੀ ਹਾਂਜੀ, ਸਾਡੇ ਮੇਰੇ ਦਾਦਾ ਜੀ ਦਾ। ਅੱਛਾ ਹਾਂਜੀ ਹਾਂਜੀ, ਇਹ ਕੋਈ ਨਹੀਂ ਮੰਨ ਰਿਹਾ, ਇਹਨਾਂ ਨੂੰ ਬਥੇਰੇ ਇਹਨਾਂ ਨੂੰ ਸਮਝਾ ਰਹੇ ਹਾਂ ਜੀ, ਤੁਸੀਂ ਮਾੜਾ ਜਿਹਾ ਇੰਨਾ ਵਾਇਰਸ ਫੈਲ ਹੋਇਆ ਥੋੜ੍ਹਾ ਡਿਸਟੈਂਸ ਪਾ ਕੇ ਖੜੋ, ਦਾਣੇ ਸੀਗੇ ਸਾਰਿਆਂ ਨੂੰ ਮਿਲੂ ਬਈ, ਇੱਦਾਂ ਦੀ ਕੋਈ ਗੱਲ ਨਹੀਂ, ਪਰ ਇਹ ਮੰਨ ਨਹੀਂ ਰਿਹਾ ਜੀ। ਕਿੰਨੀਆਂ ਪਰਚੀਆਂ ਤੁਸੀਂ ਅੱਜ ਦਿੱਤੀ, ਅੱਜ ਕਿੰਨੀਆਂ ਪਰਚੀਆਂ ਦੇ ਰਹੇ ਲੋਕਾਂ ਨੂੰ? ਟੋਟਲੀ ਲਿਸਟ ਆਈ ਹੈ ਸਾਡੇ ਕੋਲ 194 ਕਾਰਟਾਂ ਦੀ ਲਿਸਟ ਦੇ ਕੇ, ਅੱਜ 194 ਨੰਬਰਾਂ, ਹਾਂ 194 ਕਾਰਡ ਆ, 194 ਕਾਰਡ ਆ। ਓਕੇ, ਪਰ ਇਹ 41ਵਾਂ ਨੰਬਰ ਚੱਲ ਰਿਹਾ ਹੈ, ਪਰ ਇਹ ਥੋੜਿਆਂ ਨੂੰ ਵੀ ਵੰਡਿਆ ਜਾ ਸਕਦਾ ਹੈਗਾ ਜਦ ਕਰ, ਪਰ ਭਾਈ ਇਹ ਮੰਨ ਨਹੀਂ ਰਹੇ, ਕਹਿੰਦੇ ਸਾਨੂੰ ਦਾਣੇ ਦਿਓ, ਉੱਪਰ ਫੋਨ ਕਰੀ ਜਾਂਦੇ, ਕਦੇ ਇੰਸਪੈਕਟਰ ਨੂੰ ਫੋਨ ਕਰੀ ਜਾਂਦੇ ਸਾਨੂੂੰ ਦਾਣੇ ਨਹੀਂ ਮਿਲੇ, ਕਦੀ ਕਿਸੇ ਨੂੰ ਫੋਨ ਕਰੀ ਜਾਂਦੇ, ਤਾਂ ਕਰਕੇ ਇਹ ਬਹੁਤ ਜ਼ਿਆਦਾ ਰਣੀ ਕੀ ਰੌਲਾ ਪਾ ਰਹੇ, ਕਿ ਜੇ ਇਹਨਾਂ ਨੂੰ ਕਹਿ ਦਈਏ ਵੀ ਥੋੜ੍ਹਿਆਂ ਕਰਕੇ ਨਹੀਂ ਮੰਨ ਨਹੀਂ ਰਹੇ, ਇਹ ਕਹਿੰਦੇ ਸਾਨੂੰ ਦਾਣੇ ਅੱਜ ਚਾਹੀਦੇ, ਹਰ ਇੱਕ ਬੰਦਾ ਕਹਿ ਰਿਹਾ ਸਾਨੂੰ ਅੱਜੇ ਦਾਣੇ ਚਾਹੀਦੇ। 25 ਕਿਲੋ ਨਹੀਂ, ਤੁਸੀਂ ਇੱਥੇ ਸਕਿਉਰਟੀ ਦੇ ਲਈ ਪੁਲਿਸ ਦਾ ਇੰਤਜ਼ਾਮ ਵੀ ਕਰਾ ਸਕਦੇ ਸੀਗੇ। ਹਾਂਜੀ ਭਾਈ, ਪਰ ਉਹਨਾਂ ਨੂੰ ਇੰਸਪੈਕਟਰ ਸਾਹਿਬ ਆ ਕੇ ਗਏ ਜੀ, ਉਹਨਾਂ ਨੂੰ ਵੀ ਦੱਸਿਆ, ਪੰਚਾਇਤ ਵੀ ਕਹਿ ਕੇ ਗਈ ਆ ਬਕਾਇਦਾ ਜੀ, ਕੋਈ ਮੰਨ ਨਹੀਂ ਰਿਹਾ ਜੀ, ਕਹਿੰਦੇ ਥੋੜੇ ਥੋੜੇ ਕਰਕੇ ਦੇ, ਨਹੀਂ ਜੀ ਕਹਿੰਦੇ ਅੱਜੇ ਦਾਣੇ ਚਾਹੀਦੇ। ਠੀਕ, ਜਦੋਂ ਪਿੰਡ ਦੇ ਸਰਪੰਚ ਸੋਹਣ ਲਾਲ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਉਸ ਨੂੰ ਕਣਕ ਵੰਡਣ ਬਾਰੇ ਕੱਲ੍ਹ ਰਾਤ ਹੀ ਪਤਾ ਚੱਲਿਆ ਹੈ, ਅਤੇ ਮੈਂ ਲੋਕਾਂ ਨੂੰ ਕਿਹਾ ਸੀ ਕਿ ਇਸ ਤਰ੍ਹਾਂ ਇਕੱਠੇ ਨਾ ਹੋ, ਪਰ ਲੋਕ ਪੇਟ ਦੀ ਭੁੱਖ ਅੱਗੇ ਬੇਬਸ ਹੋ ਗਏ ਹਨ। ਕੋਰੋਨਾ ਵਾਇਰਸ ਦਾ ਇੰਨਾ ਪ੍ਰਕੋਪ ਫੈਲਿਆ ਹੋਇਆ ਜਿੱਦਾਂ ਪੰਜਾਬ ਦੇ ਵਿੱਚ, ਪਰ ਇੱਥੇ ਜਦੋਂ ਦੇਖਿਆ ਆ ਕੇ ਦੇਖਿਆ ਸੀ ਤਾਂ ਬੜਾ ਰਸ਼ ਸੀਗਾ, ਲੋਕ ਇੱਕ ਦੂਜੇ ਨਾਲ ਜੁੜ ਜੁੜ ਕੇ ਬੈਠੇ ਸੀ, ਕੋਈ ਸੋਸ਼ਲ ਡਿਸਟੈਂਸ ਨਹੀਂ, ਕੀ ਕਹੋਗੇ? ਸਭ ਤੋਂ ਪਹਿਲਾਂ ਤਾਂ ਜੀ ਦੇਖੋ ਉਹ ਗੱਲ ਤਾਂ ਸੁਣ ਲਓ, ਸਭ ਤੋਂ ਪਹਿਲਾਂ ਤਾਂ ਜੀ ਮੇਰੇ ਪਿੰਡ ਵਾਲਿਆਂ ਨੂੰ ਅਸੀਂ 20 ਵਾਰੀ ਕਿਹਾ ਵੀ ਪਰੇ ਪਰੇ ਹੋ ਜਾਓ, ਮੂੰਹ ਢੱਕ ਲਓ, ਨਾ ਕੋਈ ਮੂੰਹ ਢੱਕਦਾ ਨਾ ਪਰੇ ਹੁੰਦਾ, ਬਾਕੀ ਮੈਂ ਬਾਹਰ ਸਾਰਿਆਂ ਬੰਦਿਆਂ ਨੂੰ ਕਿਹਾ ਸੀ ਵੀ ਦੱਸ ਦੋ ਮਤਲਬ ਜਿੱਦਾਂ 6-6 ਫੁੱਟ 'ਤੇ ਖੜ੍ਹ ਜਾਓ, ਦੂਰ ਦੂਰ ਜਾ ਕੇ ਸੁਣਦਾ ਇੱਥੇ ਕੋਈ ਨਹੀਂ, ਫਿਰ ਇੱਥੇ ਦੋ ਦੋ ਤਿੰਨ ਤਿੰਨ ਲਾਈਨਾਂ ਬਣ ਗਈਆਂ, ਫਿਰ ਵੀ ਇਹਨਾਂ ਨੂੰ ਉਠਾਇਆ ਵੀ ਹਟ ਜਾਓ, ਫਿਰ ਉਹ ਬੰਦ ਦਾਣੇ ਬੰਦ ਕਰਨ ਲੱਗੇ ਜਗਿਆ, ਮੈਂ ਕਿਹਾ ਮੈਂ ਕਹਿਤਾ ਤਾਂ ਇੱਥੇ ਰੌਲਾ ਪੈ ਜਾਣਾ, ਇਸ ਕਰਕੇ ਮੈਂ ਸਾਰਿਆਂ ਬੰਦਿਆਂ ਨੂੰ ਕਹਿੰਦਾ ਵੀ ਬਾਰੀ ਸਰ 6-6 ਫੁੱਟ 'ਤੇ ਜਾ ਕੇ ਆਪਣੇ ਬਾਰੀ ਸਰ ਆਣ ਕੇ ਦਾਣੇ ਲਾ ਲਓ। ਸ਼ੁਰੂ ਤੁਸੀਂ ਕਰਾਇਆ ਅੱਜ? ਹਾਂਜੀ ਸ਼ੁਰੂ ਇਹ ਤੁਸੀਂ ਕਰਾਇਆ ਸੀਗਾ ਦਾਣੇ? ਨਹੀਂ ਕਰਾਇਆ ਜੀ, ਮੈਂ ਪਹਿਲਾਂ ਸਿਰਫ, ਮੈਨੂੰ ਇਹ ਨਹੀਂ ਸੀ ਪਤਾ ਵੀ ਉੱਪਰ ਟੈਲੀਫੋਨ ਦਾ ਜਦੋਂ ਦਾਣੇ ਆਏ ਕੱਲ੍ਹ, ਮੈਨੂੰ ਤਾਂ ਅੱਜ ਪਤਾ ਲੱਗਾ ਵੀ ਦਾਣੇ ਆਏ ਆ, ਅਸੀਂ ਜਦੋਂ 4 ਸਾਲ ਟੈਲੀਫੋਨ ਕਰਦੇ ਸਾਨੂੰ ਤਾਂ ਪਤਾ ਨਹੀਂ ਸੀ ਵੀ ਕਿਵੇਂ ਦਾਣੇ ਅੱਜ ਆਉਣੇ ਕਿ ਨਹੀਂ, ਸ਼ੁਰੂ ਵਿੱਚ ਜਦ ਕਿਰਾਇਆ ਵੰਡਣ ਲੱਗੇ ਉਦੋਂ ਮੈਂ ਖੜ੍ਹਾ ਹੋਇਆ, ਮੇਰੇ ਨਾਲ ਮਿਹਨਤਾਂ ਕੀਤੀਆਂ ਵੀ ਪਰੇ ਪੂਰੇ ਹੋ ਜਾਓ, ਸਾਰੇ ਕੋਈ ਨਹੀਂ ਗਿਆ। ਅੱਛਾ ਜੀ, ਇਸ ਕਰਕੇ ਹੁਣ ਵੀ ਅਸੀਂ ਵੀ ਬੇਨਤੀ ਕਰਦੇ ਹਾਂ ਵੀ ਸਾਰੇ ਆਪੋ ਆਪਣੇ ਟਿਕਾਣਿਆਂ 'ਤੇ ਚਲੇ ਜਾਓ, ਤੁਹਾਨੂੰ ਦੱਸਿਆ ਸੀ ਨਾ ਵੀ ਕਿਸੇ ਨਾ ਕਿਸੇ ਨੇ ਆ ਜਾਣਾ। ਪਤਾ ਕਿੱਦਾਂ ਪਿੰਡ ਦੇ ਤੁਸੀਂ ਜ਼ਿੰਮੇਵਾਰ ਆ, ਸਰਪੰਚ ਆ, ਅਤੇ ਤੁਹਾਡੀ ਜ਼ਿੰਮੇਵਾਰੀ ਵਰਦੀ ਆ, ਕੱਲ੍ਹ ਨੂੰ ਕਿੱਥੇ ਗਏ ਕਿਤੇ ਕਿਸੇ ਨੂੰ ਬਿਮਾਰੀ ਫੈਲ ਗਈ ਉਹਦਾ ਜ਼ਿੰਮੇਵਾਰ ਕੌਣ ਆ? ਮਹਾਰਾਜ ਜ਼ਿੰਮੇਵਾਰੀ ਤਾਂ ਬਣਦੀ ਆ, ਮੈਂ ਹੁਣ ਜਾ ਕੇ ਹਾਲੇ ਮੈਂ ਗਿਆ ਸੀ ਮੈਂ ਰੋਟੀ ਖਾਣ, ਹਾਲੇ ਮੈਂ ਹੁਣ ਹਾਲੇ ਰੋਟੀ ਪਾਈ ਛੱਡ
पर इत्थे तुसीं पुलिस दा इंतजाम भी करा सकदे सीगे। पुलिस दा जिक्र मैं तुहानूं दस्सां, मैं हुण इहदे विच इत्थे आपां तां मैं कह भी फस नहीं सकदा ते आपां बच कर लैंदे, बाकी इह नहीं मैं तुहानूं दस्सदा इंतजाम कर सकदे आ ते कर लैंदे आपां, तुहानूं पता ही आ। हुण तुसीं की प्रबंध कराओगे इहदा? प्रबंध इह तां जी असीं कल नूं पर्ची कट्टांगे, वारी वारी सर जिहड़े इत्थे गोले लवावांगे उहदे हिसाब नाल असीं कम्म शुरू करावांगे। इस करके अज्ज सॉरी